ਪੁਸਤਕ ਮਾਂ ਦੀਆਂ ਚਾਰ ਬੁੱਕਲਾਂ ਕਹਾਣੀ ਦਾਲ ਦੀ ਕੌਲੀ। ਕਿੰਨੇ ਅਜੀਬ ਰਿਸ਼ਤਿਆਂ 'ਚ ਘਿਰੇ ਹੋਏ ਹਾਂ ਅਸੀਂ, ਖਾਸ ਕਰਕੇ ਸ਼ਰੀਕੇ ਭਾਈਚਾਰੇ ਵਿੱਚ। ਸਾਰੀ ਉਮਰ ਕਦੇ ਲੜਾਈ ਝਗੜੇ, ਕਦੇ ਤਾਨੇ ਮਿਹਣੇ, ਕਦੇ ਗੁੱਸੇ ਗਿਲੇ, ਕਦੇ ਘਿਓ ਖਿਚੜੀ। ਇਸੇ ਤਰ੍ਹਾਂ ਸਾਡੇ ਗੁਆਂਢ 'ਚ ਰਹਿੰਦੇ ਦੋ ਭਰਾ ਰਣਜੀਤ ਅਤੇ ਚਰਨਜੀਤ ਇਸੇ ਮੁਹੱਲੇ 'ਚ ਜੰਮੇ ਪਲੇ ਵੱਡੇ ਹੋਏ, ਦੋਨੋਂ ਵਿਆਹੇ ਵਰੇ ਅਤੇ ਬਾਲ ਬੱਚਿਆਂ ਵਾਲੇ ਸਨ। ਦੋਹਾਂ ਦਾ ਬਹੁਤ ਪਿਆਰ ਸੀ। ਬਜ਼ੁਰਗਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਦੋਵੇਂ ਪਰਿਵਾਰ ਰਲ ਮਿਲ ਕੇ ਰਹਿੰਦੇ ਸਨ। ਇੱਕ ਥਾਂ 'ਤੇ ਰੋਟੀ ਪੱਕਦੀ ਸੀ। ਹੁਣ ਪਿਛਲੇ ਕੁਝ ਸਾਲਾਂ ਤੋਂ ਮਨ ਮੁਟਾਵ ਸ਼ੁਰੂ ਹੋ ਗਿਆ ਸੀ। ਕਿਸੇ ਨਾ ਕਿਸੇ ਗੱਲ 'ਤੇ ਬੋਲ ਬੁਲਾਰਾ ਹੁੰਦਾ ਰਹਿੰਦਾ। ਅਖੀਰ ਰੋਟੀ ਟੁੱਕ ਅੱਡ ਅੱਡ ਹੋ ਗਿਆ, ਬੋਲਚਾਲ ਬੰਦ, ਅਤੇ ਨਾ ਹੀ ਕਿਤੇ ਇਕੱਠੇ ਆਉਣਾ ਜਾਣਾ। ਇੱਕ ਦਿਨ ਇੰਨੀ ਲੜਾਈ ਵਧੀ ਕਿ ਸਾਰਾ ਮਹੱਲਾ ਇਕੱਠਾ ਹੋ ਗਿਆ। ਲੋਕਾਂ ਨੇ ਬਥੇਰਾ ਸਮਝਾਇਆ ਕਿ ਗੁੱਸੇ 'ਚ ਐਡੇ ਫੈਸਲੇ ਨਹੀਂ ਕਰੀਦੇ, ਤੁਸੀਂ ਵਿਚਾਲੇ ਕੰਧ ਕਰਨ ਦਾ ਕਮਲ ਨਾ ਕੁੱਟੋ, ਕੱਲ੍ਹ ਨੂੰ ਗੁੱਸਾ ਠੰਡਾ ਹੋ ਗਿਆ ਤਾਂ ਸਭ ਠੀਕ ਹੋ ਜਾਏਗਾ। ਪਰ ਕਿੱਥੇ, ਜਦੋਂ ਗੁੱਸੇ ਦੀ ਅਗਨੀ ਭੜਕਦੀ ਹੈ ਤਾਂ ਸਾਰਿਆਂ ਦੀਆਂ ਦਲੀਲਾਂ ਅਤੇ ਸਿਆਣਪਾਂ ਆਪਣੀ ਲਪੇਟ 'ਚ ਲੈ ਲੈਂਦੀ ਹੈ। ਦੇਖਦੇ ਹੀ ਦੇਖਦੇ ਮਿਸਤਰੀ ਬੁਲਾਏ ਗਏ, ਮਿਣਤੀ ਕੀਤੀ ਗਈ ਅਤੇ ਨਾਲ ਹੀ ਘਰ ਦੇ ਐਨ ਵਿਚਕਾਰ ਕੰਧ ਉਸਰਨੀ ਸ਼ੁਰੂ ਹੋ ਗਈ। ਛੋਟੇ ਭਰਾ ਚਰਨਜੀਤ ਨੇ ਜਿੱਦ ਚੜ੍ਹ ਕੇ ਉੱਪਰ ਛੱਤ 'ਤੇ ਵੀ ਕੰਧ ਕਰਨ ਲਈ ਕਹਿ ਦਿੱਤਾ। ਇੱਕ ਹਫ਼ਤੇ 'ਚ ਹੀ ਇੱਕ ਘਰ ਦੇ ਦੋ ਮਕਾਨ ਬਣ ਗਏ। ਉੱਪਰਲੀ ਛੱਤ ਵਾਲੀ ਕੰਧ 6 ਫੁੱਟ ਦੇ ਕਰੀਬ ਕੀਤੀ ਗਈ ਤਾਂ ਕਿ ਕੋਈ ਤੁਰਦਾ ਫਿਰਦਾ ਵੀ ਮੱਥੇ ਨਾ ਲੱਗੇ। ਦੋਹਾਂ ਭਰਾਵਾਂ ਨੂੰ ਅੱਡ ਹੋਇਆਂ ਨੂੰ 6-7 ਮਹੀਨੇ ਹੋ ਗਏ ਸੀ। ਇੱਕ ਦਿਨ ਸਵੇਰੇ ਸਾਜਰੇ ਵੱਡੇ ਭਰਾ ਨੇ ਆਣ ਬੂਹਾ ਖੜਕਾਇਆ। ਚਰਨਜੀਤ ਨੇ ਬੂਹਾ ਖੋਲ੍ਹਿਆ ਅਤੇ ਇੱਕਦਮ ਬੋਲਿਆ, ਕੀ ਹੋਇਆ ਬਾਈ, ਸੁੱਖ ਤਾਂ ਹੈ? ਉਹ ਭਰੇ ਗਲੇ ਨਾਲ ਬੋਲਿਆ, ਤੇਰੀ ਭਾਬੀ ਦੀ ਮਾਂ ਪੂਰੀ ਹੋ ਗਈ ਹੈ। ਮੈਂ ਤਾਂ ਉਹਨੂੰ ਦੱਸਿਆ ਹੀ ਨਹੀਂ, ਬਸ ਇੱਧਰ ਨੂੰ ਹੀ ਆ ਗਿਆ। ਚਰਨਜੀਤ ਦੀ ਘਰ ਵਾਲੀ ਅੰਦਰੋਂ ਰੋਂਦੀ ਰੋਂਦੀ ਆਈ, ਹੈਂ ਮਾਸੀ ਜੀ ਪੂਰੇ ਹੋ ਗਏ, ਐਂ ਕੀ ਹੋ ਗਿਆ ਉਹਨਾਂ ਨੂੰ? ਮੈਂ ਤਾਂ ਭੈਣ ਗਈਆਂ ਸੀ ਮਿਲਣ, ਉਹ ਤਾਂ ਚੰਗੇ ਭਲੇ ਸੀ। ਹਾਏ ਹਾਏ, ਭੈਣ ਦਾ ਤਾਂ ਬੁਰਾ ਹਾਲ ਹੋਜੂਗਾ, ਚਲੋ ਜਾ ਕੇ ਭੈਣ ਨੂੰ ਸੰਭਾਲੀਏ। ਉਸ ਦਿਨ ਤੋਂ ਛੋਟੇ ਭਰਾ ਭਰਜਾਈ ਉੱਧਰ ਹੀ ਰਹਿੰਦੇ, ਸਾਰਾ ਘਰ ਦਾ ਕੰਮ ਕਰਦੇ, ਆਏ ਗਏ ਨਾਲ ਗੱਲਬਾਤ ਕਰਦੇ, ਭਾਬੀ ਨੂੰ ਹੌਸਲਾ ਦਿੰਦੇ। ਹੁਣ ਫਿਰ ਦੋਹਾਂ ਪਰਿਵਾਰਾਂ ਦਾ ਪਹਿਲਾਂ ਵਾਲਾ ਹੀ ਮਿਲਵਰਤਨ ਅਤੇ ਪਿਆਰ ਹੋ ਗਿਆ ਸੀ। ਉਹ ਕੰਧ ਜਿਹੜੀ ਚਰਨਜੀਤ ਨੇ ਛੱਤ 'ਤੇ ਕਰਵਾਈ ਸੀ, ਅੱਜ ਉਹਦੇ ਇੱਕ ਪਾਸੇ ਸਟੂਲ 'ਤੇ ਖੜ੍ਹਾ ਆਵਾਜ਼ਾਂ ਮਾਰ ਰਿਹਾ ਸੀ, ਭਾਬੀ ਆ ਦਾਲ ਦੀ ਕੌਲੀ ਫੜਾਈ। ਇਹ ਨਿੱਕੀਆਂ ਨਿੱਕੀਆਂ ਸਾਂਝਾਂ ਸਾਰੀ ਉਮਰ ਖਤਮ ਨਹੀਂ ਹੁੰਦੀਆਂ। ਇਹਨਾਂ ਚੀਜ਼ਾਂ ਦੀ ਪੂਰਤੀ ਤਾਂ ਬਾਜ਼ਾਰ 'ਚੋਂ ਪੈਸੇ ਦੇ ਕੇ ਵੀ ਕੀਤੀ ਜਾ ਸਕਦੀ ਹੈ, ਪਰ ਇਸ ਆਦਾਨ ਪ੍ਰਦਾਨ ਪਿੱਛੇ ਜੋ ਪਿਆਰ, ਅਧਿਕਾਰ ਅਤੇ ਅਪਣੱਤ ਛੁਪੀ ਹੈ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਕੋਈ ਵੀ ਬੰਦਾ ਇਕੱਲਾ ਖੁਸ਼ੀ ਨਹੀਂ ਮਨਾ ਸਕਦਾ ਅਤੇ ਨਾ ਹੀ ਇਕੱਲਾ ਦੁੱਖ ਸਹਿ ਸਕਦਾ। ਖੁਸ਼ੀ ਵੰਡਣ ਨਾਲ ਦੁੱਗਣੀ ਹੋ ਜਾਂਦੀ ਹੈ, ਦੁੱਖ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਉਹਨੂੰ ਇੱਕ ਦੂਜੇ ਦੇ ਸਾਥ ਦੀ ਲੋੜ ਹੈ। ਇਸ ਕਰਕੇ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ, ਨਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਅਤੇ ਲੜਾਈਆਂ ਝਗੜੇ ਕਰਕੇ ਜੁਦਾਈ ਦੇ ਸੱਲ ਸਹਿਣੇ ਚਾਹੀਦੇ ਹੈ। ਘਰਾਂ ਅਤੇ ਦਿਲਾਂ 'ਚ ਉਸਰਦੀਆਂ ਨਫ਼ਰਤ ਦੀਆਂ ਦੀਵਾਰਾਂ ਨੂੰ ਹਲੀਮੀ ਅਤੇ ਨਿਮਰਤਾ ਨਾਲ ਖਤਮ ਕੀਤਾ ਜਾ ਸਕਦਾ ਹੈ। ਧੰਨਵਾਦ।